नंबर ले लो, जब प्रॉब्लम आवे तो मेरा नंबर ले लो, मैं उससे ले लूंगा। बहुत गरीब है ना, तो इन्हों का वैसे किसी ने साथ नहीं दिता, कोई सरपंच नहीं, कुछ मैंबर नहीं, कोई पुलिस वाला नहीं है ना, तो लोग बहुत हुण अक चुके इन्हां चीज़ों तो। ठीक है जी,
ਅਤੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਇਨਸਾਫ ਮਿਲੇ, ਵੱਧ ਤੋਂ ਵੱਧ ਜੋ ਵੀ ਸਜ਼ਾ ਮਿਲ ਸਕਦੀ ਇਹਨਾਂ ਨੂੰ ਮਿਲੇ, ਜੋ ਵੀ ਇਹਨੇ ਜਿਨ੍ਹਾਂ ਨੇ ਵੀ ਇਹ ਕੀਤਾ ਹੈਗਾ। ਹਾਂਜੀ ਧੁਨਾ ਸਾਹਿਬ, ਜਿਹੜੀ ਅੱਜ ਬੱਚੀ ਜਿਹੜੀ ਕੁਝ ਦਿਨ ਪਹਿਲਾਂ ਜਿਹੜੀ ਗੁੰਮ ਹੋਈ ਸੀਗੀ, ਅੱਜ ਪਤਾ ਲੱਗਾ ਉਹਦੀ ਡੈੱਡ ਬੋਡੀ ਮਿਲੀ ਆ, ਤੁਸੀਂ ਸਮਾਜ ਦੇ ਵਿੱਚ ਵਿਚਰਦੇ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਜੀ? ਮੈਨੂੰ ਫੋਨ 'ਤੇ ਪਤਾ ਲੱਗਾ ਵੀ ਗੁਰਦੁਆਰੇ ਦੇ ਬੈਗ ਤੋਂ ਲੜਕੀ ਮਿਲੀ ਹੈ। ਮੈਂ ਉਸੇ ਵੇਲੇ ਮੋਟਰਸਾਈਕਲ ਲੈ ਕੇ ਮੌਕੇ 'ਤੇ ਪਹੁੰਚਿਆ ਤਾਂ ਉਹ ਲੜਕੀ ਮੰਜੇ 'ਤੇ ਪਾਈ ਸੀ, ਕਹਿੰਦੇ ਰੇਤ 'ਚੋਂ, ਉਹਨਾਂ ਨੂੰ ਪੁੱਛਿਆ ਤਾਂ ਰੇਤ 'ਚੋਂ ਮਿਲੀ। ਤਾਂ ਬੜੀ ਮੰਦਭਾਗੀ ਹੈ, ਦੇਖੋ ਇਹ ਇਲਾਕਾ ਨੇਮ ਵਾਲੀ ਘਾਟੀ ਜਿਹੜਾ ਇਲਾਕਾ ਨਸ਼ੇ ਦੇ ਨਾਂ 'ਤੇ ਮਸ਼ਹੂਰ ਇਲਾਕਾ ਗੋਇੰਦਵਾਲ ਸਾਹਿਬ ਦਾ, ਔਰ ਇਹ ਸਾਰਾ ਜੋ ਮੈਂ ਵੇਖ ਰਿਹਾ ਵਾਂ ਬੱਚੀ ਦੇ ਨਾਲ, ਮੈਂ ਤਾਂ ਇਹੀ ਮਹਾਰਾਜ ਦੇ ਅੱਗੇ ਅਰਦਾਸ ਕਰਾਂਗਾ ਵੀ ਕੋਈ ਗਲਤ ਕੰਮ ਨਾ ਆਇਆ ਹੋਵੇ। ਪਰ ਜਿੱਦਾਂ ਦੇ ਹਾਲਾਤ ਆ ਨਾ, ਇਹ ਬਹੁਤ ਮੰਦਭਾਗਾ ਵਾ। ਇਸ ਹਿਸਾਬ ਨਾਲ ਮੈਂ ਇਹ ਕਹਿਣਾ ਚਾਹੂੰਗਾ ਇਸ ਮੁਹੱਲੇ ਵਾਲਿਆਂ ਨੂੰ ਕਿ ਆਪਣੇ ਬੱਚੇ ਸਾਂਭ ਕੇ ਰੱਖੋ ਭਾਈ, ਤੁਹਾਡੇ ਵੀ ਬੱਚੇ ਸੁਰੱਖਿਅਤ ਨਹੀਂ ਜੇ ਹੈਗੇ। ਜੇ ਤੁਹਾਡੇ ਏਰੀਏ ਦੇ ਵਿੱਚ ਬਾਹਰੋਂ ਆ ਕੇ ਲੋਕ ਨਸ਼ਾ ਵੇਖ ਸਕਦੇ ਆ ਨਾ, ਤੁਹਾਡੇ ਏਰੀਏ ਦੇ ਵਿੱਚ ਘਰ ਘਰ ਨਸ਼ਾ ਵੇਖ ਰਿਹਾ ਨਾ, ਤਾਂ ਉਹਦੇ ਜ਼ਿੰਮੇਵਾਰ ਤੁਸੀਂ ਵੀ ਜੇ, ਕਿਉਂਕਿ ਇਹ ਨਰਕ ਜਿਹੜਾ ਵਾ ਇਹ ਪੁਲਿਸ ਪ੍ਰਸ਼ਾਸਨ ਨੂੰ ਤਾਂ ਪੈਸੇ ਮਿਲਦੇ ਆ, ਉਹ ਤਾਂ ਪੈਸੇ ਲੈ ਕੇ ਅਯਾਸ਼ੀਆਂ ਕਰਦੀ ਹੈ ਪੁਲਿਸ ਇਹਨਾਂ ਨਸ਼ਿਆਂ ਦੇ ਉੱਤੇ। ਤਾਂ ਤੁਹਾਡੇ ਬੱਚੇ ਖਤਰੇ 'ਚ ਆ, ਤੁਹਾਡੇ ਜੀ ਖਤਰੇ 'ਚ ਆ, ਤਾਂ ਪੁਲਿਸ ਦਾ ਕੁਛ ਨਹੀਂ ਜਾਣਾ। ਉਹਨਾਂ ਦੇ ਆਪਣੇ ਬੱਚੇ ਭਾਵੇਂ ਨਸ਼ੇ ਨਾਲ ਮਰ ਜਾਣ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਹਾਲਾਤ ਬੜੇ ਭੈੜੇ ਹੋ ਗਏ ਜੇ ਗੁਰੂ ਨਗਰੀ ਦੇ ਵਿੱਚ ਐਡੀ ਮਾੜੀ ਘਟਨਾ ਸਾਡੇ ਲਈ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਵਾ। ਮੈਨੂੰ ਤਾਂ ਇੰਨੀ ਮਤਲਬ, ਮੈਂ ਤਾਂ ਹੁਣੇ ਜੇ ਮੇਰੇ ਸਾਹਮਣੇ ਕੁਛ ਹੋਵੇ ਤਾਂ ਮੈਂ ਕਤਲ ਕਰ ਸਕਦਾ ਉਸ ਬੰਦੇ ਦਾ। ਇੰਨਾ ਮੇਰਾ ਦਿਲ ਮੈਂ ਸੀਚ ਗਿਆ ਉਸਦਾ ਚਿਹਰਾ ਵੇਖ ਕੇ, ਉਹ ਬੱਚੀ ਨੂੰ ਵੇਖ ਕੇ ਕਿੱਡੀ ਖੂਬਸੂਰਤ ਉਹ ਬੱਚੀ। ਜਿੱਦਣ ਮੈਂ ਉਹ ਫੋਟੋ ਵੇਖੀ ਅਤੇ ਅੱਜ ਉਸਦਾ ਚਿਹਰਾ ਨੀਲਾ ਹੋਇਆ ਪਿਆ ਸੀ, ਮਤਲਬ ਉਹ ਰੇਤ ਦੇ ਵਿੱਚ ਕਦੋਂ ਦੀ ਦੱਬੀ ਆ, ਮੁਸ਼ਕ ਆ ਰਹੀ ਸੀ ਉਹਦੇ 'ਚੋਂ। ਤਾਂ ਇਹ ਵੇਖੋ ਹਾਲਾਤ ਵੇਖੋ, ਇਹ ਗੁਰੂ ਦੀ ਨਗਰੀ ਦੇ ਨਾਂ 'ਤੇ ਪ੍ਰਸਿੱਧ ਨਗਰੀ, ਸਿੱਖੀ ਦੇ ਧੁਰੇ ਵਜੋਂ ਜਾਣੀ ਜਾਂਦੀ ਹੈ ਨਗਰੀ, ਜਿਹਦੇ ਵਿੱਚ ਨਸ਼ੇ ਨੇ ਨਸ਼ੇ ਦੀ ਦਲਦਲ ਆ, ਜਾਲ ਬਣਿਆ ਹੋਇਆ। ਵੱਡੇ ਵੱਡੇ ਅਫਸਰ ਇੱਥੇ ਆ ਕੇ ਹਫ਼ਤੇ ਇਕੱਠੇ ਕਰਕੇ ਪੈਸੇ ਖਾਂਦੇ ਨੇ ਔਰ ਕੋਈ ਕਾਰਵਾਈ ਨਹੀਂ ਹੁੰਦੀ। ਜੇ ਪੰਚਾਇਤਾਂ ਦੀ ਗੱਲ ਕਰਾਂ, ਪਿੰਡ ਦੇ ਮੋਹਦਵਾਰਾਂ ਦੀ ਗੱਲ ਕਰਾਂ, ਸ਼ਾਮਾਂ ਤੱਕ ਤੁਸੀਂ ਇਹ ਮੁਹੱਲੇ ਵਾਲੇ ਖਲੋਤੇ ਆ, ਪੁੱਛ ਲਓ, ਸ਼ਾਮਾਂ ਤੱਕ ਅਮਲੀ ਠਾਣੇ ਨਹੀਂ ਦਿੰਦਾ। ਸ਼ਾਮਾਂ ਨੂੰ ਅਮਲੀ ਫਿਰ ਛੁੱਟ ਕੇ ਘਰ ਆ ਜਾਂਦਾ, ਕਿਉਂਕਿ ਪੁਲਿਸ ਰਲੀ ਹੋਈ ਆ, ਪੁਲਿਸ ਦਾ ਸਾਰਾ ਸਿਸਟਮ ਜੋ ਨਕਾਰਾ ਹੋ ਚੁੱਕਿਆ ਵਾ। ਇਹ ਲੱਖ ਲਾਹਨਤ ਉਹਨਾਂ ਲੋਕਾਂ ਦੇ ਜਿਹੜੇ ਨਸ਼ਈਆਂ ਦੀਆਂ ਜਾ ਕੇ ਜ਼ਮਾਨਤਾਂ ਭਰਦੇ ਨੇ, ਲੱਖ ਲਾਹਨਤ ਉਹਨਾਂ ਪੁਲਿਸ ਵਾਲਿਆਂ ਦੇ ਜਿਹੜੇ ਨਸ਼ਈਆਂ ਨੂੰ ਸ਼ਾਮ ਤੱਕ ਛੱਡ ਦਿੰਦੇ ਨੇ, ਲੱਖ ਲਾਹਨਤ ਇਹੋ ਜਿਹੇ ਪ੍ਰਸ਼ਾਸਨ ਦੇ, ਲੱਖ ਲਾਹਨਤ ਹਲਕੇ ਦੇ MLA ਰਮਨਜੀਤ ਸਿੰਘ ਸਿੱਕੀ ਦੇ ਜਿਹੜਾ ਕਹਿੰਦਾ ਮੈਂ ਗੁਰਸਿੱਖ ਹਾਂ। ਉਹ ਤੂੰ ਜੇ ਗੁਰਸਿੱਖ ਹਾਂ ਤਾਂ ਤੇਰੇ ਇਲਾਕੇ 'ਚ 130 ਲੋਕ ਦਾਰੂ ਨਾਲ ਮਰ ਜਾਣ। ਇਹੀ ਉਹੀ ਇਲਾਕਾ ਵਾ ਜਿੱਥੇ ਦਾਰੂ ਵਿਕਦੀ ਆ, ਇਹ ਉਹੀ ਇਲਾਕਾ ਵਾ ਜਿੱਥੇ ਸਮੈਕ ਸ਼ਰੇਆਮ ਵਿਕਦੀ ਆ। ਤੁਹਾਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ। ਚੰਨੀ ਵਰਗਾ ਲੋਕਾਂ ਨੂੰ ਰੋਜ਼ ਬਿਆਨਬਾਜ਼ੀ ਕਰਦਾ ਮੁੱਖ ਮੰਤਰੀ, ਇਹ ਦੱਸੇ ਆ ਕੇ ਕਿ ਇਹ ਬੱਚੇ ਦੇ ਨਾਲ ਜੋ ਹੋਇਆ ਉਸਦਾ ਜ਼ਿੰਮੇਵਾਰ ਕੌਣ ਆ, ਇਹ ਕਿੱਦਾਂ ਇਹਨਾਂ ਦੇ ਪਰਿਵਾਰ ਦੀ ਇਹ ਭਰਪਾਈ ਹੋਊਗੀ, ਮਾਸੀ ਦੇ ਉੱਤੇ ਲੱਗਾ ਇਹ ਕਲੰਕ ਕੌਣ ਧੋਊਗਾ, ਕਿਉਂਕਿ ਇਹ ਲੜਕੀ ਮਾਸੀ ਕੋਲ ਰਹਿ ਰਹੀ ਸੀ। ਕਿੱਡੀ ਵੱਡੀ ਇਹ ਵਾਰਦਾਤ ਆ, ਔਰ ਅੱਜ 5 ਦਿਨਾਂ ਬਾਅਦ ਜਦੋਂ ਇਹ ਲੜਕੀ ਮਿਲੀ ਆ ਤਾਂ ਸਾਨੂੰ ਗੋਇੰਦਵਾਲ ਵਾਲਿਆਂ ਨੂੰ ਗੋਇੰਦਵਾਲ ਦੇ ਹੁੰਦਿਆਂ ਹੋਇਆ ਸ਼ਰਮ ਮਹਿਸੂਸ ਕਰਨੀ ਚਾਹੀਦੀ ਆ ਕਿ ਇਤਿਹਾਸਕ ਨਗਰ ਦੇ ਵਿੱਚ ਗੰਦਗੀ ਦਾ ਜਾਲ ਬਹੁਤ ਵੱਡੇ ਮਾਧਿਅਮ 'ਤੇ ਪੈ ਚੁੱਕਾ ਵਾ। ਮੈਂ ਤਾਂ ਪ੍ਰਸ਼ਾਸਨ ਤੋਂ ਹਜੇ ਵੀ ਮੈਂ ਮੰਗ ਕਰਦਾ ਕਿ ਇਹਨਾਂ ਮੁਲਜ਼ਮਾਂ ਨੂੰ ਤੁਰੰਤ ਫੜਿਆ ਜਾਵੇ, ਫੜ ਕੇ ਇਹਨਾਂ ਨੂੰ ਟੰਗਿਆ ਜਾਵੇ ਤਾਂ ਜੋ ਕਿ ਅਗਲੇ ਬੰਨੇ ਅਗਲੇ ਅਮਲੀ ਹੈ ਜੋ ਵੀ ਇੱਥੇ ਕੋਈ ਕਾਰਵਾਈ ਹੋਈ ਆ, ਜਿੰਨੇ ਵੀ ਕੀਤੀ ਆ, ਉਹਨਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਤੋਂ ਵੱਡੀ ਕਾਰਵਾਈ ਨੂੰ ਅੰਜਾਮ ਦੇਣਾ ਚਾਹੀਦਾ। ਮੈਂ SSP ਸਾਹਿਬ ਤਰਨ ਤਾਰਨ ਤੋਂ ਮੰਗ ਕਰਦਾ, DIG ਪੰਜਾਬ ਤੋਂ ਮੰਗ ਕਰਦਾ, ਬਹੁਤ ਹੀ ਮੰਦਭਾਗਾ ਵਾ ਇਹ ਸਾਰੀ ਵਾਰਦਾਤ। ਧੰਨਵਾਦ।